ਸੋ ਆਓ ਬੜੇ ਹੀ ਪਿਆਰ ਦੇ ਨਾਲ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਦੇ ਪਾਸੋਂ ਆਪਾਂ ਇਲਾਹੀ ਬਾਣੀ ਦਾ ਕੀਰਤਨ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਗੁਰੂ ਗਰੀਬ ਗੁਰੂ ਗਰੀਬ ਗੁਰੂ
Ah.
ਲਜ ਗੋਪਾਲ ਆਣ ਜੋ ਕਰਣੀ ਲਜ ਗੋਪਾਲ ਆਣ ਜੋ ਕਰਣੀ ਸੋਈ ਸੋਈ ਬਿਨ ਸਚ ਖਾ Thank you.
आप मध्य आप पर पाती धाम
ਦੁੱਖ ਕੀਓ ਕਰ ਐਸਾ ਮਾਂਗੋ ਦਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮਾਂਗੋ ਦੱਖਣਾ ਹਾਂ
करे
सोचा कर हो सोचा कर हो जल थल महील जल थल महील रब रहया सो चल थल महील चल थल महील रब रहया सो सेवा करे सोचा कर सोचा
ऐसा ज्ञान जपो मन मेरे हो वो चाकर साचे हम नहीं चंगे बुरा नहीं कोए हम नहीं चंगे बुरा नहीं कोए प्रणवत नानक तारे चल थल महील चल थल महील रब रहा सो सेवा करे सोचा कर सोचा कर जो जन तुमरी भगत करते दिन के काज सवारता जो जन दाल सीधा मांगो कियो हमरा खुशी करे नित जियो दाल सीधा मांगो कियो
परवान जन जिस तू
ਬਹੁਤਾ ਇਸ ਤਨ ਜਿਸ ਤੂੰ ਆਵੇ ਚਿਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇ ਚਿਤ ਤਿੰਨ ਕੁੱਲ ਉਧਾਰਿਆ ਕੁੱਲ ਉਧਾਰਿਆ ਨਿਰਭਉ ਭੈ ਸਗਲ ਭਾਵ ਮਿਟਿਆ ਰਾਖੇ ਰਾਖਨ ਹਾਰੇ ਐਸੀ ਦਾਤ ਤੇਰੀ ਬਬ ਮੇਰੇ ਐਸੀ ਦਾਤ ਤੇਰੀ ਬਬ ਮੇਰੇ ਕਾਰਜ ਸਗਲ ਸਵਾਰੀ ਵੱਟ ਜਾਣਿਆ
कर में अनेक
रख ले ओ हर जियो हम लागे सतगुर पाए हम लागे सतगुर पाए दया करो ਸਤਿ ਸੰਗਤ ਜੀਓ ਸਭ ਤੋਂ ਪਹਿਲਾਂ ਆਪ ਜੀ ਦਾ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੋ ਹਰ ਹਫ਼ਤੇ ਹੀ ਇਹ ਕੋਸ਼ਿਸ਼ ਕਰਦੇ ਹਨ ਉਪਰਾਲਾ ਕਰਦੇ ਹਨ ਸਾਡੇ ਸਾਰਿਆਂ 'ਤੇ ਹੀ ਕਿਰਪਾ ਕਰਦੇ ਹਨ ਆਪਾਂ ਜਿੰਨੇ ਵੀ ਬੈਠੇ ਹਾਂ ਅਸੀਂ ਤੁਸੀਂ ਗੁਰੂ ਦੇ ਜਨ ਬਣ ਕੇ ਇਸ ਦੁਆਰ 'ਤੇ ਸਤਿਗੁਰਾਂ ਦੇ ਹਜ਼ੂਰ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਜੁੜ ਬੈਠੇ ਹਾਂ ਸਤਿਗੁਰ ਜੀ ਕਿਰਪਾ ਕਰਨ ਰਹਿਮਤ ਕਰਨ ਜ਼ਿੰਦਗੀ ਦੇ ਜੋ ਇਹ ਭਰਪੂਰ ਲਾਹੇ ਹਨ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਇਹ ਪਲ ਹਮੇਸ਼ਾ ਹੀ ਬਣੇ ਰਹਿਣ ਸਤਿਗੁਰ ਜੀ ਕਿਰਪਾ ਕਰਨ ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਇਸ ਦੁਆਰ 'ਤੇ ਅਸੀਂ ਹਾਜ਼ਰੀ ਨਹੀਂ ਭਰ ਸਕਦੇ ਬੜੇ ਹੀ ਚੰਗੇ ਭਾਗ ਹੋਣ ਪੂਰਵਲੇ ਕਰਮ ਜਾਗਣ ਤਾਂ ਸਤਿਗੁਰੂ ਦੇ ਘਰੋਂ ਇੱਕ ਆਵਾਜ਼ ਪੈਂਦੀ ਹੈ ਆ ਬਈ ਮੇਰੇ ਪਿਆਰੇ ਇਹ ਜੋ ਬਾਣੀ ਉਚਾਰੀ ਹੈ ਸਾਡੇ ਗੁਰੂਆਂ ਪੀਰਾਂ ਨੇ ਇਹ ਇੱਕ ਮਾਰਗ ਦਰਸ਼ਨ ਹੈ ਇਹਨੂੰ ਸਰਵਣ ਕਰ ਇਹਨੂੰ ਪੜ੍ਹ ਗੁਰਬਾਣੀ ਦਾ ਰਸ ਲੈ ਅਤੇ ਆਪਣੇ ਜੀਵਨ ਨੂੰ ਸਫਲ ਬਣਾ ਲੈ ਸੋ ਬੜੇ ਹੀ ਚੰਗੇ ਭਾਗ ਹੋਣ ਤਾਂ ਇਹ ਸਮਾਂ ਬਣਦਾ ਹੈ ਗੁਰੂ ਦੇ ਘਰੋਂ ਆਵਾਜ਼ ਪੈਂਦੀ ਹੈ ਆ ਮੇਰੇ ਪਿਆਰੇ ਸੰਗਤ ਦੇ ਵਿੱਚ ਜੁੜ ਅਤੇ ਸੰਗਤ ਦੇ ਵਿੱਚ ਬੈਠ ਕੇ ਇੱਕ ਨਿਮਕ ਇੱਕ ਪਲ ਛੋਟੇ ਤੋਂ ਛੋਟਾ ਪਲ ਵੀ ਜੇ ਕਿਤੇ ਸਾਡੀ ਹਾਜ਼ਰੀ ਲੱਗ ਗਈ ਤਾਂ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਵਪਾਰਾ ਉਸ ਕਾਲ ਦੀ ਉਸ ਜੰਮ ਦੀ ਕੜੀ ਤੋਂ ਤੂੰ ਬਚ ਜਾਏਗਾ ਇੰਨੀ ਸ਼ਕਤੀ ਹੈ ਬਾਣੀ ਦੇ ਵਿੱਚ ਸੋ ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ ਆਪ ਜੀ ਸਮਾਂ ਕੱਢ ਕੇ ਸਤਿਗੁਰਾਂ ਦੇ ਹਜ਼ੂਰ ਇਹ ਬਾਣੀ ਸਰਵਣ ਕਰਨ ਵਾਸਤੇ ਜਿੱਥੇ ਆਪ ਜੀ ਤਨ ਕਰਕੇ ਬੈਠੇ ਹੋ ਮਨ ਕਰਕੇ ਹਾਜ਼ਰੀਆਂ ਲਵਾ ਰਹੇ ਹੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਦੋਂ ਪੁਰਖ ਬਿਦਾਤੇ ਤਾਤੂ ਸੋਹਿਆ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਹੈ ਗੁਰੂ ਸਾਹਿਬ ਜੀ ਕੋ ਸਾਨੂੰ ਸਾਰਿਆਂ ਨੂੰ ਹੀ ਇਸੇ ਤਰ੍ਹਾਂ ਇਹ ਬਾਣੀ ਦੇ ਲੜ ਲਾਈ ਰੱਖਣਾ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇਵੇਂ ਹੀ ਬੰਦਗੀ ਕਰਕੇ ਤੇਰੇ ਸਤਿਗੁਰਾਂ ਦੇ ਹਜ਼ੂਰ ਜੁੜ ਬੈਠ ਕੇ ਆਪਣੇ ਇਸ ਜੀਵਨ ਮਨੋਰਥ ਨੂੰ ਸਫਲ ਕਰਨ ਦਾ ਯਤਨ ਕਰਾਂਗੇ ਅਤੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਇਸ ਮਨ ਦੇ ਵਿੱਚੋਂ ਨਿਕਲੀ ਹੋਈ ਅਰਦਾਸ ਸਤਿਗੁਰਾਂ ਦੇ ਹਜ਼ੂਰ ਕਈ ਵਾਰੀ ਅਸੀਂ ਸਿਰ ਚੁਕਾਉਂਦੇ ਹਾਂ ਅਤੇ ਮਨ ਦੀ ਮਨਸਾ ਜੋ ਹੈ ਉਹ ਬਿਨਾਂ ਕਹਿਣ ਤੋਂ ਹੀ ਪੂਰੀ ਹੋ ਜਾਂਦੀ ਹੈ ਕਈ ਵਾਰੀ ਕਹਿਣ ਦੀ ਲੋੜ ਨਹੀਂ ਪੈਂਦੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਤੇ ਇੱਕ ਵਿਸ਼ਵਾਸ ਬਣਾਉਣ ਦੀ ਜ਼ਰੂਰਤ ਹੈ ਸਵਾਬ ਜੀ ਦਾ ਬਹੁਤ ਬਹੁਤ ਧੰਨਵਾਦ ਕੱਲ੍ਹ ਦੇ ਦੀਵਾਨਾਂ ਵਿੱਚ ਵੀ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਹੈ ਸ਼ਾਇਦ ਸਮਾਂ ਜੋ 6 ਵਜੇ ਹੈ ਆਪ ਜੀ ਨੇ ਪਰਿਵਾਰਾਂ ਸਮੇਤ
ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਉਣਾ, ਗੁਰਬਾਣੀ ਦੇ ਲਾਹੇ ਪ੍ਰਾਪਤ ਕਰਨੇ। ਆਓ, ਕੁਝ ਕੁ ਸਮਾਂ ਬਾਕੀ ਹੈ, ਦਸਮ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਇੱਕ 5 ਮਿੰਟ ਦਾ ਸ਼ਬਦ ਗਾ ਕੇ ਆਪ ਜੀ ਕੋਲੋਂ ਖਿਮਾ ਦੇ ਜਾਚਕ ਹੋਵਾਂਗੇ। ਸ਼ੁੱਧਤਾ ਕੀ ਸ਼ਾਨ ਹੋ ਕੇ ਸੰਤਨ ਕੇ ਪ੍ਰਾਨ ਹੋ, ਸ਼ੁੱਧਤਾ ਕੀ ਸ਼ਾਨ ਹੋ ਕੇ ਸੰਤਨ ਕੇ ਪ੍ਰਾਨ ਹੋ, ਕੇ ਦਾਤਾ ਮਹਾਨ ਮਹਾਦਾਨ ਹੋ, ਕੇਂਦਰ ਦੁਖੀ ਨਿਰੰਕਾਰ ਹੋ, ਸ਼ੁੱਧਤਾ ਕੀ ਸ਼ਾਨ ਹੋ ਕੇ ਸੰਤਨ ਕੇ ਪ੍ਰਾਨ ਹੋ, ਸ਼ੁੱਧਤਾ ਕੀ ਸ਼ਾਨ ਹੋ ਕੇ ਸੰਤਨ ਕੇ ਪ੍ਰਾਨ ਹੋ, ਕੇ ਦਾਤਾ ਮਹਾਂ ਕਿਸ਼ਾਨ।
निरंकार हो, शुद्धता की शान हो, के संतन के प्राण हो, शुद्धता की शान हो, के संतन के प्राण हो, के संतन के संतन के।